पहले छाड़ दे। ओ फलाना, ई जुल्म ते चुपराना, इंसानियत दा कत्ल, इंसानियत दा फलाना। मैं चुप कहना रासा, मैं ई जालिम दे खिलाफ जरूर अदालत च गवाही देसा, जरूर अदालत च गवाही देसा। मेरी एक गाल तंग खोल दे सुन गए, एक प्यू डाले वाला काम मैं नहीं करेंदा, मैं ही अजे काम करेंदा पिया कि तेरा ही जमाने दे विच ना हो सी ना बड़ा साया बड़ा साया सद के सुनना मैं जी देखवा ना मेरे पुत्र बड़े काम कर मैं पीर बनदा पिया पीर पीर मैं तो कई हया को हराना समझा कोई कदर कहनी हर गली दे विच पीर बड़िया बैठे अलीपुर देखो तो पीर बड़े बैठे मुबारकपुर देखो तो पीर बड़े बैठे ये मेरा खलीफा बेटी पीर बड़े बैठे उन्हें को पता है ना फूल का पत्ता ना धागे का साडा औरता तू पीर दे मैं तेरा खलीफा बिस्मिल्लाह जिंदगी भर मेरे खाना बनाए पे
ਲੰਮਾ ਤੁਰ ਗਿਆ ਹਮੇ ਕੁਲੇ ਨਹੀਂ ਛੱਡ ਦਿੱਤੇ ਚੌਥਾ ਮੇਰਾ ਜਹਾਂ ਨਹੀਂ ਉੱਡੀ ਉੱਡੀ ਤੂੰ ਸ਼ਾਲੀ ਪੌਦੀ ਟੁੱਟਦਾ ਹੈ ਕੁਦਰਤੀ ਘੋੜੇ ਟਾਂਗਲਾ ਅਗਲੇ ਦੇ ਵਿਚਾਤੀ ਹੈ ਟੁੱਟਦਾ ਮਰ ਵੰਨੇ ਹਾ ਇਹ ਗੱਲ ਪਈ ਢੋਲ ਗਮਾ ਹੀ ਨਹੀਂ ਕਰਦਾ ਇਥਾਂ ਅੱਬਾ ਤੇ ਕੁ ਚਾਵਣ ਕੀਤੇ ਸ਼ਾਦੀ ਵਾਲੇ ਸ਼ਿਕਾਰ ਤੇ ਚਾਵੇ ਨੇ ਜਿਹੜੇ ਵੱਲ ਉੱਡਦੀ ਰਾਤ ਦਾ ਉੱਠਵੇ ਕੇ ਸਾਡੀ ਖੱਟ ਟੁੱਲੇ ਨੇ ਉਹ ਨਾਮ ਰੋਇ ਕੁੰਡੀ ਬੰਦ ਕਰੇ ਸਾਰੀ ਰਾਤ ਬਾਰੂ ਸਰਦੇ ਜਗਲੇ ਦੀ ਨਮੂਨੇ ਆ ਗਈ ਗਈ ਕਦੀ ਕੀ ਲੋਟੇ ਤੂੰ ਫੇ ਨਹੀਂ ਜ਼ਿੰਦਗੀ ਭਰ ਘਰ ਦੇ ਵਲੀ ਭੁੱਖੇ ਖਾਣੇ ਤੇ ਲੋੜ ਕਹਿਣੀ ਨਿਕਲ 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 ਨਿਕਲੋ ਸਰ ਜੁੱਤੀ ਕੱਲ ਤੁਹਾਡੇ ਖਿਲਾਫ ਅਦਾਲਤ ਵਿਚ ਗਵਾਹੀ ਦੇਣ ਵੇਂਦਾ ਪਏ ਅੱਜਕਲ ਕਿੱਥੋਂ ਰਹਿੰਦਾ ਅਸਾਂ ਕੋ ਕਜ਼ਾ ਨਮਾਜ਼ਾਂ ਪੜ੍ਹਾਉਣੀਆਂ ਜਵਾਨ ਪਤਾ ਕਰ ਗਵਾਹੀ ਦੇਣ ਵੇਂਦਾ ਤੇ ਮੈਂ ਤੈਨੂੰ ਚੱਲ ਕੇ ਕਿਰਾਏ ਦੇ ਆਵਾਂ ਗਵਾਹੀ ਦੀ ਤਾਂ ਬਾਅਦ ਵਿੱਚ ਗੱਲ ਕਰੇ ਸੂ ਤੇਰੀ ਥਾਂ ਦੀ ਜੁਰਤ ਕਿਵੇਂ ਥਈ ਹੈ ਇਹ ਸ਼ਰੀਫ ਸ਼ਰੀਫ ਇੱਜ਼ਤਦਾਰ ਫੁੱਲਣ ਦਾ ਘਰ ਇੱਥੇ ਬਗੈਰ ਇਜਾਜ਼ਤ ਕੋਈ ਨਹੀਂ ਆ ਸਕਦਾ ਏ ਤਹਿਤ ਮਜ਼ਲੂਮ ਦਾ ਨਾਜਾਇਜ਼ ਕਤਲ ਕੀਤੇ ਕਤਲ ਤੇ ਗਵਾਹੀ ਮੈਂ ਜ਼ਰੂਰ ਰਹਿਤਾ ਤੇਰੇ ਖਿਲਾਫ ਗਵਾਹੀ ਤਾਂ ਜ਼ਿੰਦਾ ਲੋਕ ਦਿੰਦੇ ਨੇ ਪਰ ਤੂੰ ਜ਼ਿੰਦਾ ਹੀ ਫੁੱਲਣ ਓਏ ਫੁੱਲਣ ਜ਼ਿੰਦਾ ਹੈ ਫੁੱਲਣ ਜ਼ਿੰਦਾ ਹੈ ਫੁੱਲਣ ਗਵਾਹੀ ਦੇ ਸੀ ਤੂੰ
ਤੇ ਰੋਣਾ ਹੁੰਦਾ। ਮੈਂ ਲੁੱਟ ਆ ਗਿਆ। ਚੱਲ ਕਿਹੜੀ ਵਾਰੀ ਇਹਨਾਂ ਔਰਤਾਂ ਦਾ ਰੋਣਾ ਤਾਂ ਅਜ਼ਲ ਤੋਂ ਚੱਲਦਾ ਹੁੰਦਾ, ਲੇਕਿਨ ਅੱਲਾਹ ਦਾ ਫਰਮਾਨ ਇਹ ਕਿ ਦੂਹਾ ਕੋ ਨਖੇੜਨਾ ਬਹੁਤ ਵੱਡਾ ਗੁਨਾਹ ਹੈ, ਲੇਕਿਨ ਮੈਂ ਇਹ ਗੁਨਾਹ ਨਹੀਂ ਕਰ ਸਕਦਾ। ਇਹਨਾਂ ਅਗਰ ਮੈਂ ਇਹ ਗੁਨਾਹ ਕੀਤਾ ਤੇ ਅੱਲਾਹ ਸਾਈ ਮੈਂ ਕੋ ਜਹਨਮ ਵਿੱਚ ਛੱਡਦੇ ਸੀ, ਤੇ ਦੂਹਾ ਕੋ ਮਿਲਾਉਣ ਵਾਲਾ ਮੁਸਲਮਾਨ ਹੁੰਦਾ। ਮੈਂ ਤੁਸਾਂ ਦੋਵਾਂ ਕੋ ਜੁਦਾ ਨਹੀਂ ਕਰ ਸਕਦਾ। Ha 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 ha